ਵੈਸੇ ਹਿੰਦੂ ਧਰਮ ਵਿੱਚ ਹਫ਼ਤੇ ਦਾ ਹਰ ਦਿਨ ਕਿਸੇ ਨਾ ਕਿਸੇ ਦੇਵੀ ਜਾਂ ਦੇਵਤੇ ਦੀ ਪੂਜਾ ਨੂੰ ਸਮਰਪਿਤ ਹੈ। ਇਸੇ ਤਰ੍ਹਾਂ ਬੁੱਧਵਾਰ ਨੂੰ ਭਗਵਾਨ ਗਣੇਸ਼ ਜੀ ਦੀ ਪੂਜਾ ਕਰਨ ਦੀ ਪਰੰਪਰਾ ਹੈ। ਭਗਵਾਨ ਗਣੇਸ਼ ਨੂੰ ਸਾਰੇ ਦੇਵਤਿਆਂ ਵਿੱਚੋਂ ਪਹਿਲੇ ਪੂਜਣਯੋਗ ਕਿਹਾ ਜਾਂਦਾ ਹੈ। ਇਹਨਾਂ ਨੂੰ ਬੁੱਧੀ ਦਾ ਪ੍ਰਤੀਕ ਵੀ ਮੰਨਿਆ ਜਾਂਦਾ ਹੈ। ਆਪਣੇ ਭਗਤਾਂ ਦੇ ਦੁੱਖ ਦੂਰ ਕਰਨ ਦੇ ਚਲਦੇ ਉਹਨਾਂ ਨੂੰ ਰੁਕਾਵਟਾਂ ਨੂੰ ਦੂਰ ਕਰਨ ਵਾਲਾ ਵੀ ਕਿਹਾ ਜਾਂਦਾ ਹੈ। ਬੁੱਧਵਾਰ ਨੂੰ ਸ਼ਾਸਤਰਾਂ ਵਿੱਚ ਭਗਵਾਨ ਗਣੇਸ਼ ਦੀ ਪੂਜਾ ਲਈ ਸਮਰਪਿਤ ਕੀਤਾ ਗਿਆ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਬੁੱਧਵਾਰ ਨੂੰ ਹੀ ਕਿਉਂ ਭਗਵਾਨ ਗਣੇਸ਼ ਜੀ ਦੀ ਪੂਜਾ ਕੀਤੀ ਜਾਂਦੀ ਹੈ? ਅਜਿਹਾ ਮੰਨਿਆ ਜਾਂਦਾ ਹੈ ਕਿ ਇਹ ਦਿਨ ਭਗਵਾਨ ਗਣੇਸ਼ ਜੀ ਨੂੰ ਬਹੁਤ ਹੀ ਪਿਆਰਾ ਹੈ ਅਤੇ ਇਸ ਦਿਨ ਕੀਤੀ ਗਈ ਪੂਜਾ ਨਾਲ ਉਹ ਪ੍ਰਸੰਨ ਹੁੰਦੇ ਹਨ ਅਤੇ ਆਪਣੇ ਸ਼ਰਧਾਲੂਆਂ ਦੀਆਂ ਸਾਰੀ ਮਨੋਕਾਮਨਾਵਾਂ ਪੂਰੀਆਂ ਕਰਦੇ ਹਨ। ਇੱਕ ਕਥਾ ਦੇ ਅਨੁਸਾਰ ਜਦੋਂ ਭਗਵਾਨ ਗਣੇਸ਼ ਦੀ ਰਚਨਾ ਮਾਤਾ ਪਾਰਵਤੀ ਦੁਆਰਾ ਕੀਤੀ ਗਈ ਤਾਂ ਭਗਵਾਨ ਬੁੱਧ ਵੀ ਕੈਲਾਸ਼ ਪਰਬਤ ਤੇ ਮੌਜੂਦ ਸਨ। ਇਸੇ ਲਈ ਭਗਵਾਨ ਗਣੇਸ਼ ਦੀ ਪੂਜਾ ਲਈ ਉਹਨਾਂ ਦਾ ਪ੍ਰਤੀਨਿਧ ਬੁੱਧਵਾਰ ਨੂੰ ਬੁੱਧੀਮਾਨ ਹੋ ਗਿਆ ਅਤੇ ਇਸ ਕਾਰਨ ਬੁੱਧਵਾਰ ਨੂੰ ਭਗਵਾਨ ਗਣੇਸ਼ ਦੀ ਪੂਜਾ ਕਰਨ ਦੀ ਪਰੰਪਰਾ ਹੈ। ਇੱਕ ਹੋਰ ਮਾਨਤਾ ਅਨੁਸਾਰ ਜਦੋਂ ਭਗਵਾਨ ਸ਼ਿਵ ਤ੍ਰਿਪੁਰਾਸੁਰ ਨੂੰ ਮਾਰਨ ਵਿੱਚ ਅਸਫਲ ਰਹੇ ਤਾਂ ਉਹਨਾਂ ਨੇ ਇਸ ਗੱਲ ਤੇ ਵਿਚਾਰ ਕੀਤਾ ਕਿ ਉਹ ਕਿਉਂ ਅਸਫਲ ਰਹੇ ਅਤੇ ਕੰਮ ਵਿੱਚ ਕਿਉਂ ਰੁਕਾਵਟ ਆਈ। ਫਿਰ ਉਹਨਾਂ ਨੂੰ ਅਹਿਸਾਸ ਹੋਇਆ ਕਿ ਉਹਨਾਂ ਭਗਵਾਨ ਗਣੇਸ਼ ਦੀ ਪੂਜਾ ਕੀਤੇ ਬਿਨਾਂ ਹੀ ਲੜਨਾ ਸ਼ੁਰੂ ਕਰ ਦਿੱਤਾ ਸੀ। ਇਸ ਤੋਂ ਬਾਅਦ ਭਗਵਾਨ ਗਣੇਸ਼ ਦੀ ਪੂਜਾ ਕੀਤੀ ਗਈ, ਉਹਨਾਂ ਨੂੰ ਫੁੱਲਾਂ ਦੇ ਹਾਰ ਅਤੇ ਲੱਡੂ ਭੇਂਟ ਕੀਤੇ ਗਏ। ਇਸ ਤੋਂ ਬਾਅਦ ਜਦੋਂ ਯੁੱਧ ਹੋਇਆ ਤਾਂ ਤ੍ਰਿਪੁਰਾਸੁਰ ਦੀ ਹਾਰ ਹੋਈ। ਇਹੀ ਕਾਰਨ ਹੈ ਕਿ ਹਰ ਕੰਮ ਤੋਂ ਪਹਿਲਾਂ ਭਗਵਾਨ ਗਣੇਸ਼ ਦੀ ਪੂਜਾ ਕੀਤੀ ਜਾਂਦੀ ਹੈ, ਜਿਸ ਨਾਲ ਕੰਮ ਬਿਨਾਂ ਕਿਸੇ ਰੁਕਾਵਟ ਦੇ ਪੂਰੇ ਹੁੰਦੇ ਹਨ।